ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਇਹਨਾਂ ਦਿਨਾਂ 'ਚ ਤੁਹਾਨੂੰ ਪਤਾ ਹੀ ਹੈ ਵੀ ਵਿਆਹ ਸ਼ੁਰੂ ਹੋ ਜਾਂਦੇ ਆ, ਤੇ ਅੱਜ ਸਾਡਾ ਇਸ ਸਾਲ ਦਾ ਮੇਰੇ ਖਿਆਲ 'ਚ ਪਹਿਲਾ ਵਿਆਹ ਹੋਣਾ, ਸਰਦੀ ਦਾ ਜਿਹੜਾ ਸਰਦੀ ਦਾ ਸ਼ੁਰੂ ਹੋ ਚੱਲਿਆ ਪਹਿਲਾ ਵਿਆਹ, ਤੇ ਦਿਖਾਈ ਜਾਵਾਂ ਜਿੱਦਾਂ ਜਿੱਦਾਂ ਪ੍ਰੋਗਰਾਮ ਆਏਗੇ ਤੇ ਤੁਹਾਨੂੰ ਦਿਖਾਉਂਦੇ ਰਹਾਂਗੇ। ਪੂਰੇ 2 ਘੰਟੇ 15 ਮਿੰਟ ਲੱਗੇ, ਸਵਾ ਦੋ ਘੰਟੇ ਲੱਗੇ ਪੂਰੇ। ਇਹ ਪਹੁੰਚ ਗਏ ਹਰਿਆਣੇ 'ਚ ਸੰਗਮ ਪੈਲਸ ਹੈ, ਇਹ ਭੇਵੇ ਕੋਲ ਪੈ ਜਾਂਦਾ, ਉੱਥੇ ਪਹੁੰਚੇ। ਭੇਵੇ ਦੇਖ ਲਓ ਕਿੰਨਾ ਕੁ ਟਾਈਮ ਲੱਗ ਜਾਂਦਾ ਭੇਵੇ ਨੂੰ, ਅਤੇ ਮਿਲੀ ਜਾ ਕੇ ਆਪਣੇ ਰਿਸ਼ਤੇਦਾਰਾਂ ਨੂੰ। ਸਾਡੇ ਨਾਲ ਕਾਲੇ ਨੇ ਆਉਣਾ, ਤਾਂ ਕਾਲਾ ਗੱਡੀ ਭਜਾ ਕੇ ਅੱਗੇ ਲੈ ਕੇ ਆ ਗਿਆ, ਕਹਿੰਦਾ ਆਪਣੀ ਥਾਰ ਲੈ, ਕਾਲੇ ਦੀ ਥਾਰ ਦਿਖਾਉਂਦਾ ਜਿਹੜੀ ਨਵੀਂ ਲੈਂਦੀ। ਉਹ ਹਾਂ ਖੜੀ ਕਾਲੇ ਵਾਲੀ ਥਾਰ, ਨੰਬਰ ਵਾਲੀ ਲੱਤਾਂ ਨਹੀਂ। ਕਾਲੇ ਨੇ ਪਹਿਲੀ ਵਾਰ 200 ਕਿਲੋਮੀਟਰ ਗੱਡੀ ਚਲਾਈ, ਕਹਿੰਦਾ ਥੱਕਦੇ ਬਹੁਤ ਆ ਗੱਡੀ 'ਚ, ਹੈ ਕਿਆ ਚੱਕਰ ਹੋਇਆ? ਨਾ ਵੈਸੇ ਨਹੀਂ, ਮੈਨੂੰ ਤਾਂ ਬੜਾ ਫਨ ਲੱਗਾ ਚਲਾਉਣ ਵਿੱਚ, ਕੋਈ ਥੱਕਦਾ ਬਾਈ? ਇੰਨਾ ਲੰਬਾ ਸਫ਼ਰ ਕੱਢਿਆ ਤਾਂ ਕਰਕੇ ਥੱਕ ਗਿਆ ਹੋਣਾ, ਇਹ ਗੱਡੀ ਬਣੀ ਸੀ ਤਾਂ ਐਡੇ ਲੰਬੇ ਸਫ਼ਰਾਂ ਵਾਸਤੇ ਹੀ ਹੈ। ਚਲੋ ਭਾਈ ਮੁੰਡੇ ਫਿਰ ਪਿੱਛੇ ਪੜੋ। ਕਾਲਾ ਆਪਣੀ ਗੱਡੀ ਦਿਖਾ ਰਿਹਾ, ਆਟੋ ਗੱਡੀ ਹੈ ਨਾ, ਥੋੜ੍ਹੇ ਉਹ ਤੋਂ ਆਟੋ ਵੱਡੇ ਦੱਬਿਆ ਨਹੀਂ ਹੋਣਾ ਬਟਨ ਤੇਰੇ, ਉਹ ਦੱਸ ਕਾਲੇ ਹਵਾ ਘੱਟ ਦਿਖਾ ਰਹੀ ਹੈ ਨਾ, ਹਵਾ ਘੱਟ ਦਿਖਾ ਰਹੀ ਹੈ ਉਹਦੇ ਆਪਣੇ, ਤੈਨੂੰ ਇਹ ਇੱਥੇ ਲੱਗ ਜਾਣਾ ਪਤਾ, ਇਹਦੇ ਟਾਇਰ 'ਚ ਹਵਾ ਘੱਟ ਆ ਕਾਲੇ ਦੀ ਗੱਡੀ ਦੇ ਵਿੱਚ, ਇਹ ਆ ਦੇਖ ਬਣਿਆ ਹੋਇਆ, ਇਹ ਕਿਹੜੇ 'ਚ ਕਿੰਨੀ ਘੱਟ ਟਾਇਰ 'ਚ, 3 'ਚ ਘੱਟ ਨਾ ਜ਼ਿਆਦਾ ਹਵਾ, ਹਾਈ ਪ੍ਰੈਸ਼ਰ ਜ਼ਿਆਦਾ ਹਵਾ ਭਰੀ ਜਾਂਦੇ ਵਿੱਚ ਨਾ, ਸਿਗਨਲ ਆ ਜਾਂਦਾ, ਇੱਕ ਚੌਕ ਥੋੜ੍ਹੀ ਦੇਰ ਕੱਢਣੀ ਪੈਣੀ ਤਾਂ ਹਵਾ। ਅੱਜ ਭਰਵਾਈ ਤੇ ਜਦੀ ਭਰਵਾਈ ਦੀ ਜੀ, ਹੁਣ ਅਸੀਂ ਲੱਭਦੇ ਫਿਰਦੇ ਹਾਂ ATM, ਉਹ ਆਵੇ ATM ਇਹ ਆਪਾਂ ਪਰਲੇ ਵਿੱਚ ਇਹ ਸਾਡੇ ਮਿਲ ਜਾਵੇ ਯਾਰ, ਚਲੋ ਮੁੜ ਕੇ ਤਾਂ ਆਪਣੇ ਐਂ ਦੀ ਆਉਣਾ ਹੀ ਹੈ। ਦੇਖੋ ਕਈ ਵਾਰ ਬੰਦ ਹੁੰਦੇ ਆ ਤਾਂ ਆਪਾਂ ਨੂੰ ATM ਵੀ ਯਾਰ ਖੁੱਲ੍ਹੇ ਨਹੀਂ ਹੁੰਦੇ, ਇਹ ਵੀ ਦੇਖਦੇ ਹਾਂ, ਬੰਦ ਆ ਬੈਂਕ ਯਾਰ, ਖੁੱਲ੍ਹਾ ਨਹੀਂ ਹੈਗਾ ATM, ਅੱਜ ਸੰਡੇ ਕਰਕੇ ਨਾ ATM ਬੰਦ ਆ ਸਾਰੇ, ਦੇਖਦੇ ਹਾਂ ਕੋਈ ਨਾ ਕੋਈ ਤਾਂ ਹੋਊਗਾ ਖੁੱਲ੍ਹਾ। ਪੈਸੇ ਲੈ ਕਢਾ ਅਤੇ ਚੱਲੀਏ ਫਿਰ ਭਾਈ, ਚੱਲ ਭਾਈ ਕਾਲੇ, ਸਾਡੇ 2 ਥਾਰਾਂ ਆਉਣੇ ਤੇ ਜੇ ਦੂਜੀ ਥਾਰ ਵੀ ਹੁੰਦੀ, ਨੇੜੇ ਸਰ ਗਿਆ, ਜਿਹੜਾ ਭੇਵੇ ਸ਼ਹਿਰ ਹੈ ਨਾ, ਠੀਕ ਹੈ ਠੀਕ ਹੈ, ਬੋਰਡ ਪਾ ਲਿਖਿਆ ਨਾ, ਭੇਵਾ ਹੀ ਹੈ, ਭੇਵੇ ਤਾਂ ਸਟਾਰਟ ਉਹਦਾ ਭੇਵਾ ਹੀ ਹੈ। ਦੱਸਿਓ ਬਾਈ, ਕਮੈਂਟ ਕਰੋ, ਜਿਹੜੇ ਸ਼ਹਿਰ ਤੋਂ ਵੀਡੀਓ ਦੇਖਦੇ ਹੋ ਕਮੈਂਟ ਕਰਕੇ ਦੱਸੋ ਵੀ ਭੇਵੇ ਹੀ ਸ਼ਹਿਰ ਆ, ਆਹ ਸਾਹਮਣੇ ਪੈਟਰੋਲ ਪੰਪ ਹੈ, ਹੁਣ ਉੱਥੇ ਲਿਖਿਆ ਹੋਣਾ ਕੋਈ ਦੁਕਾਨ ਉੱਪਰ, ਭੇਵਾ ਹੀ ਹੈ, ਭੇਵਾ ਅੰਬਾਲਾ ਰੋਡ, ਭੇਵਾ ਅੰਬਾਲਾ ਰੋਡ ਆ ਇਹ। ਸਵਾ 1 ਹੋ ਚੱਲਿਆ, ਹਾਲੇ ਤੱਕ ਬਰਾਤ ਨਹੀਂ ਆਈ, ਦੱਸ ਹੁਣ ਕਿਆ ਕਰੇ ਬੰਦਾ ਯਾਰ, ਅਸੀਂ ਜਾਣਾ ਵੀ ਦੂਰ ਹੈ, ਪਰ ਬਾਈ 3 ਵਜੇ ਲੰਘ ਜਾਣਾ ਆਪਾਂ ਨੇ।
ਲਓ ਜੀ ਵੀਰ ਮੈਨੂੰ ਮਿਲਿਆ ਖੰਨੇ ਤੋਂ ਤੇ ਵੀਰ ਨੇ ਆਹ ਗੱਡੀ ਬੜੀ ਦੀਪ ਸਿੱਧੂ ਦਾ ਵੀਰ ਹੈ ਵਾਹ ਜੀ ਵਾਹ ਬਾਈ ਵਾਹ ਤੁਸੀਂ ਮੁੰਡੇ ਵਾਲੇ ਵੱਲ ਤੇ ਕੁੜੀ ਵਾਲੇ ਵੱਲ ਤੇ ਹੈ ਜਦੋਂ ਸਾਡੇ ਰਿਸ਼ਤੇਦਾਰ ਬੈਠੇ ਨੇ ਇੱਧਰ ਹੋਰ ਠੀਕ ਹੈ ਜੀ ਹੁਣ ਦੋ ਜੀ ਛੁੱਟੀਆਂ ਜਾਈਏ ਫਿਰ ਅਸੀਂ ਫਿਰ ਹੈਂ
ਕਿੰਨੇ 10 ਰੁਪਏ ਦੇ ਦੋ ਭਾਈ ਦੰਦੀਆਂ ਹੀ ਨਹੀਂ ਮੈਂ ਬਧਾਈਆਂ ਬੰਨੀ ਹੋਏ ਹੁਣ ਹੁਣ ਲਾਈਨ ਚ ਲਾ ਕੇ ਖੜ ਜਿਹੜੇ ਮੰਗਣੇ ਵਾਲੇ ਨੇ ਉਹ ਖੜੇ ਇੱਧਰ ਚਲੋ ਭਾਈ ਵਿਆਹ ਆ ਪੈਲਸ ਦਾ ਤੇਰਾ ਰਿਸ਼ਤੇਦਾਰ ਤੇ ਲੋ ਭਾਈ ਬਹੁਤ ਮਾਸੀ ਦਾ ਹੱਸਦੀ ਬਹੁਤ ਅੱਜ ਚਲੋ ਭਾਈ ਕਿੱਦਾਂ ਬਹੁਤ ਸੋਹਣਾ ਹੋਇਆ ਪ੍ਰੋਗਰਾਮ ਭਾਈ ਟਾਈਮ ਨਾਲ ਵਿਹਲੇ ਹੋ ਗਏ ਅਸੀਂ ਤੇਰੇ ਭਾਪੇ ਦਾ ਜਾਣ ਪਛਾਣਦਾ ਕੋਈ ਨਾ ਇੱਧਰ ਨੂੰ ਜਾਣਾ ਹਾਂ ਇੱਧਰ ਨੂੰ ਕਾਲੇ ਦੇ ਪਿੱਛੇ ਰੱਖ ਲੈ ਕਾਲੇ ਦੇ ਨਾਲੇ ਨਾਲੇ ਰੱਖ ਮੈਂ ਹੌਲੀ ਹੌਲੀ ਦੇਖ ਕੇ ਹਾਂ ਉਹ ਜੀ ਖੇੜ ਪੁੱਜ ਗਏ ਮੈਂ ਤੇ ਬਸ ਸਿਰਫ ਬਹੁਤ ਗੱਲਾਂ ਮਾਰੀਆਂ ਖੜ ਪੌਦੇ ਥੱਲੇ ਹੈਗਾ ਬੜਾ ਟ੍ਰੈਫਿਕ ਜਾਮ ਦਾ ਘੱਟੋ ਘੱਟ ਅਸੀਂ ਟ੍ਰੈਫਿਕ ਦੇ ਵਿੱਚ 40 ਮਿੰਟ ਸਾਡੇ ਖਰਾਬ ਹੋ ਗਏ ਅਤੇ ਹੁਣ ਨੂੰ ਚਾਹ ਇੰਨੇ ਘਰਾਂ ਹੋਣਾ ਤਾਂ ਨਹੀਂ ਹੁਣ ਨੂੰ ਦੇਖੀ ਮੈਂ ਕਿਹਾ ਤਾਂ ਨੇੜੇ ਨਾ ਲਾ ਅਤੇ ਸਾਡੀ ਭਾਜੀ ਆ ਗਈ ਆ ਨਾਨਕਿਆਂ ਦੀ ਮਠਿਆਈ ਆ ਗਈ ਭਾਜੀ ਤੇ ਗੱਡੀ ਸਮਾਨ ਕਰ ਦੂੰਗਾ ਮੈਂ ਤੈਨੂੰ ਕੱਲ੍ਹ ਨੂੰ ਸਵੇਰੇ ਛੱਡਦਾ ਮੈਂ ਕਾਹਲੀ ਨਾ ਕਰ ਅੱਜ ਮੇਰੀ ਪੱਗ ਇੰਨੀ ਟਾਈਟ ਬੰਨੀ ਤੇ ਮੈਂ ਕਿਹਾ ਤਾਂ ਹੋਲਤੀ ਪੱਗ ਆ ਕੇ ਹਾਲੇ ਫਿਰ ਵੀ ਸੈੱਟ ਬੰਨੀ ਤੀ ਅੱਜ ਪੂਰੇ 6 ਲੜ ਬਣਾਏ ਤੇ ਮੈਂ ਜਿਵੇਂ 5 ਲੜਾਂ ਦੀ ਪੱਗ ਬੰਨਦਾ ਹੁੰਦਾ ਤੇ 6 ਲੜ ਬਣਾਏ ਤੇ ਅਤੇ ਹੁਣ ਜੇ ਕਹਿੰਦੇ ਪਹਿਲਾਂ ਕਹਿੰਦੇ ਬਾਹਰ ਰੋਟੀ ਖਾ ਲੈਂਦੇ ਆ ਮੈਂ ਕਿਹਾ ਅੱਜ ਸਾਰਾ ਬਾਹਰ ਹੀ ਖਾਧੇ ਆ ਘਰਾਂ ਦਾਲ ਅਤੇ ਰੋਟੀ ਬਣਾਉਂਦਾ ਸਿੰਪਲ ਜਿਹੀ ਰੋਟੀ ਬਣਾਉਂਦਾ ਵੀ ਭੁੱਖ ਤਾਂ ਹੈ ਨਹੀਂ ਵੈਸੇ ਮੈਂ ਫਿਰ ਵੀ ਪਤਲੀ ਪਤਲੀ ਦਾਲ ਅਤੇ 2 ਰੋਟੀਆਂ ਖਾ ਲੈਂਦਾ ਮੇਰਾ ਟਾਈਮ ਹੈ ਭੁੱਖ ਲੱਗ ਜਾਣੀ ਹਾਲ ਤੱਕ ਜਦ ਤੱਕ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਂਦੇ ਹਰਿਆਣੇ ਵਾਲਿਆਂ ਦਾ ਰਿਵਾਜ਼ ਦੇਖੋ ਵੀ ਜਿਹੜੇ ਸਾਡੇ ਕਿਤੇ ਇਕੱਲੇ ਆਪਾਂ ਸੂਟੇ ਦਿੰਦੇ ਹੈ ਨਾ ਐਵਾਸੀ ਆਪਣੇ ਵੱਲ ਇਕੱਲੇ ਸੂਟੇ ਦਿੰਦੇ ਉਹਨਾਂ ਨੇ ਇੱਕ ਸੂਟ ਦਿੱਤਾ ਹਾਂ ਅਤੇ ਨਾਲ ਰੁਮਾਲ ਗੁੱਤ ਵੱਟਣ ਬਿੰਦੀਆਂ ਇਹ 3 ਚੀਜ਼ਾਂ ਹੋਈਆਂ ਪੂਰੀਆਂ ਨੇ ਇੱਕ ਆ 4 5 ਚੀਜ਼ਾਂ ਪੂਰੀਆਂ ਕਰਤੀਆਂ ਉਹਨਾਂ ਨੇ ਆਹ ਤੇਰਾ ਜੋੜਾ ਦਿੱਤਾ ਤੇਰੀ ਮਾਮੀ ਨੇ ਆਹ ਮੈਨੂੰ ਦਿੱਤਾ ਭਾਈ ਮਾਮੀ ਨੇ ਅੱਛਾ ਹਾਂ ਮਾਮੀ ਇਹਦੇ ਵਿੱਚ ਇਹ ਵੀ 5 ਕੁਰੇ ਹੋਣੇ ਦੇਖੋ ਤੁਸੀਂ ਪੂਰੀਆਂ ਦੇਖੋ ਗਿਣੇ ਤਾਂ ਬਸ 5 ਆ ਵੀ 1 2 3 4 5 ਹਾਂ 5 ਆ ਭਾਈ 5-5 ਪੂਰੇ ਕਰਕੇ ਦਿੰਦੇ ਆ ਸਗਨ ਵੀ ਦਿੱਤਾ ਇਹ ਭਾਈ ਹਰਿਆਣੇ ਵਾਲੇ ਦਾ ਰਿਵਾਜ ਆ ਜੀ ਹਰਿਆਣੇ 'ਚ ਗਏ ਤੇ ਅਸੀਂ ਵਿਆਹ 'ਚ ਨਾਨਕਿਆਂ ਦੇ ਮੈਂ ਭਾਈ ਆ ਦੇਖੋ ਇੱਧਰ ਪੈਂਟ ਵੀ ਸੋਹਣੀ ਭਾਈ ਸ਼ਰਟ ਵੀ ਸੋਹਣੀ ਹੈ ਸ਼ੁਕਰੀਆ ਭਾਈ ਮੇਰੇ ਨਾਨਕੇ ਵਾਲਿਓ ਧੰਨਵਾਦ ਤੁਹਾਡਾ ਭਾਈ ਇੰਨਾ ਪਿਆਰ ਦੇਣ ਵਾਸਤੇ ਰੁਮਾਲ ਵੀ ਵਧੀਆ ਹੈ ਹਾਂ